ਤਾਂ ਹਾਂਜੀ, ਸਤਿ ਸ਼੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਅਤੇ ਨਵੀਂ ਵੀਡੀਓ ਅਪਡੇਟ ਦੇ ਨਾਲ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ। ਸੋ ਦੋਸਤੋ, ਮੂਸਟੇਪ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਸਿੱਧੂ ਮੂਸੇਵਾਲੇ ਵੱਲੋਂ ਬੈਕ ਟੂ ਬੈਕ ਮੂਸਟੇਪ ਦੇ ਗਾਣੇ ਜਿਹੜੇ ਉਹ ਰਿਲੀਜ਼ ਕੀਤੇ ਜਾ ਰਹੇ ਹਨ। ਤਾਂ ਫਿਰ ਦੋਸਤੋ, ਗੱਲ ਕਰੀਏ ਮੂਸਟੇਪ ਦੇ ਮੋਸਟ ਅਵੇਟਡ ਗਾਣਿਆਂ ਦੀ। ਸੈਲੀਬ੍ਰਿਟੀ ਕਿਲਰ ਕਾਲਾ ਬੂਸ ਅਤੇ 295 ਵਰਗੇ ਗਾਣੇ ਜਿਹੜੇ ਉਹ ਇਸ ਸਮੇਂ ਮੋਸਟ ਅਵੇਟਡ ਲਿਸਟ ਦੇ ਵਿੱਚ ਬਣੇ ਹੋਏ ਹਨ। ਅਤੇ ਦੋਸਤੋ, ਤੁਹਾਨੂੰ ਦੱਸ ਦਈਏ ਕਿ ਸਿੱਧੂ ਦਾ ਇੱਕ ਹੋਰ ਨਵਾਂ ਗਾਣਾ ਸੈਲੀਬ੍ਰਿਟੀ ਕਿਲਰ, ਜੋ ਕਿ ਦੋਸਤੋ ਮੋਸਟ ਅਵੇਟਡ ਦੇ ਵਿੱਚ ਨੰਬਰ 1 'ਤੇ ਆਉਂਦਾ ਹੈ, 28 ਜਾਂ 29 ਤਰੀਕ ਨੂੰ ਵੀਡੀਓ ਦੇ ਨਾਲ ਰਿਲੀਜ਼ ਹੋ ਸਕਦਾ ਹੈ। ਸਿੱਧੂ ਮੂਸੇਵਾਲਾ ਟਿਓਨ ਵੇਨ ਦੇ ਨਾਲ ਇਸ ਗਾਣੇ ਦੇ ਵਿੱਚ ਕੋਲੈਬਰੇਸ਼ਨ ਕਰ ਰਹੇ ਹਨ। ਅਤੇ ਇਸ ਦੇ ਨਾਲ ਹੀ ਦੋਸਤੋ, ਵੱਡੀ ਗੱਲ ਜਿਹੜੀ ਇਸ ਗਾਣੇ ਬਾਰੇ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਸ ਗਾਣੇ ਦੇ ਵਿੱਚ 6 ਮਿਊਜ਼ਿਕ ਪ੍ਰੋਡਿਊਸਰ ਹਨ। ਦ ਕਿੱਡ ਵੱਲੋਂ ਇਸ ਦੇ ਬਾਰੇ ਇੱਕ ਸਟੋਰੀ ਦੇ ਵਿੱਚ ਲਿਖਿਆ ਗਿਆ ਕਿ ਸਟੀਲ ਬੈਂਗਲਜ਼, M1JB ਪ੍ਰੋਡਕਸ਼ਨ, ਕ੍ਰਿਸ ਰਿਚ ਬੀਟ ਦੇ ਨਾਲ ਦੀ ਨਾਲ ਏ ਸਿੰਘ ਮਿਊਜ਼ਿਕ ਅਤੇ ਦ ਕਿੱਡ ਵੱਲੋਂ ਇਸਦਾ ਮਿਊਜ਼ਿਕ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਦੋਸਤੋ, ਸਾਈਨ ਟੂ ਗੋਡ ਗਾਣੇ ਦੇ ਵਿੱਚ 3 ਮਿਊਜ਼ਿਕ ਪ੍ਰੋਡਿਊਸਰ ਦਿਖੇ ਸੀ ਅਤੇ ਹੁਣ ਇਸ ਗਾਣੇ ਦੇ ਵਿੱਚ 6 ਮਿਊਜ਼ਿਕ ਪ੍ਰੋਡਿਊਸਰ ਹਨ। ਦ ਕਿੱਡ ਨੇ ਲਿਖਿਆ, ਸੈਲੀਬ੍ਰਿਟੀ ਕਿਲਰ ਇਸਾ ਬੈਂਗਰ, 6 ਪ੍ਰੋਡਿਊਸਰ ਔਨ 1 ਟਰੈਕ। ਜਾਣੀ ਕਿ ਦੋਸਤੋ, ਗਾਣੇ ਦੀ ਬਹੁਤ ਵੱਡੀ ਗੱਲ ਹੋਏਗੀ, ਬਹੁਤ ਵੱਡੀ ਹਾਈਪ ਹੋਏਗੀ, ਕਿਉਂਕਿ ਦੋਸਤੋ ਵੱਖ ਵੱਖ ਮਿਊਜ਼ਿਕ ਪ੍ਰੋਡਿਊਸਰਾਂ ਵੱਲੋਂ ਇਸ ਗਾਣੇ ਦਾ ਮਿਊਜ਼ਿਕ ਪ੍ਰੋਡਿਊਸ ਕੀਤਾ ਗਿਆ ਹੈ ਅਤੇ ਉਹਨਾਂ ਦੇ ਫੈਨਸ ਵੀ ਜਿਹੜੇ ਉਹ ਉਤਾਵਲੇ ਹੋਣਗੇ ਇਸ ਗਾਣੇ ਨੂੰ ਸੁਣਨ ਦੇ ਵਾਸਤੇ। ਇਸ ਨਾਲ ਹੀ ਮੂਸਟੇਪ ਦੇ ਹੁਣ ਉਹੀ ਗਾਣੇ ਰਹਿ ਗਏ ਹਨ ਜਿਹੜੇ ਇਸ ਸਮੇਂ ਮੋਸਟ ਅਵੇਟਡ ਦੇ ਲਿਸਟ ਦੇ ਵਿੱਚ ਬਣੇ ਹੋਏ ਹਨ। ਇਸ ਤੋਂ ਪਹਿਲਾਂ ਅਰੋਮਾ ਅਤੇ ਗੋਟ ਗਾਣਾ ਡਿਲੇ ਹੋ ਗਿਆ ਸੀਗਾ, ਜੋ ਕਿ ਹੁਣ ਮੂਸਟੇਪ ਦੇ ਅਖੀਰਲੇ ਸਕੈਜੂਅਲ ਦੇ ਵਿੱਚ ਐਡ ਕੀਤਾ ਜਾਵੇਗਾ। ਯਾਨੀ ਕਿ ਮੂਸਟੇਪ ਜਦੋਂ ਸਾਰੀ ਰਿਲੀਜ਼ ਹੋਊਗੀ, ਉਸ ਤੋਂ ਬਾਅਦ ਉਹ ਦੋ ਗਾਣੇ ਵੀ ਰਿਲੀਜ਼ ਕੀਤੇ ਜਾਣਗੇ। ਗੋਟ ਗਾਣ ਦੀ ਵੀਡੀਓ ਵੀ ਰਿਲੀਜ਼ ਹੋਵੇਗੀ। ਵਜ਼ੀਰ ਪਾਤਰ ਵੱਲੋਂ ਇਸਦਾ ਮਿਊਜ਼ਿਕ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵਜ਼ੀਰ ਪਾਤਰ ਵੱਲੋਂ ਮਾਲਵਾ ਬਲੌਗ ਦਾ ਵੀ ਮਿਊਜ਼ਿਕ ਕੀਤਾ ਗਿਆ ਹੈ ਅਤੇ ਉਸਦੀ ਵੀਡੀਓ ਵੀ ਰਿਲੀਜ਼ ਹੋ ਚੁੱਕੀ ਹੈ। ਤਾਂ ਫਿਰ ਦੋਸਤੋ, ਇਸ ਵੀਡੀਓ ਅਪਡੇਟ ਦੇ ਵਿੱਚ ਇੰਨਾ ਹੀ। ਕਿਵੇਂ ਲੱਗੀ ਤੁਹਾਨੂੰ ਵੀਡੀਓ ਨੂੰ ਲਾਈਕ ਸ਼ੇਅਰ, ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣਾ ਪਿਆਰ ਜ਼ਰੂਰ ਦਿਓ ਅਤੇ ਨਾਲ ਲੱਗਦੇ ਬੈੱਲ ਵਾਲੇ ਆਈਕਨ ਨੂੰ ਜ਼ਰੂਰ ਦੱਬ ਲਿਓ, ਕਿਉਂਕਿ ਸਿੱਧੂ ਮੂਸੇਵਾਲ ਅਤੇ ਮੂਸਟੇਪ ਦੇ ਬਾਰੇ ਜਾਣਕਾਰੀਆਂ ਅਸੀਂ ਆਪਣੇ ਚੈਨਲ ਦੇ ਉੱਤੇ ਲੈ ਕੇ ਆਉਂਦੇ ਰਹਿੰਦੇ ਹਾਂ। ਤਾਂ ਫਿਰ ਦੋਸਤੋ, ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ।